ਹੋਏ ਨਾ ਇਹ ਕਤਲ ਕਰਨੇ ਬਰਾਬਰ ਹੈ ਪਾਣੀ ਬੰਦ ਕਰ ਦਿਆ ਨਹੀਂ ਲੋਕੋ ਕਾ 1 ਲੱਖ ਕੀ ਆਬਾਦੀ ਹੈ 1 ਲੱਖ ਕੀ ਆਬਾਦੀ ਕਾ ਅੱਜ ਪਾਣੀ ਬੰਦ ਕਰ ਦਿਆ 1 ਲੱਖ ਕੀ ਆਬਾਦੀ ਕੋ ਉਜੜ ਕੇ ਕਹਿ ਰਹੇ ਕਹੀਂ ਜਾ ਭਾਗੋ ਯਹਾਂ ਸੇ ਜਹਾਂ ਮਰਜ਼ੀ ਰਹੋ ਉਹਦੇ ਕੋਈ ਉਸਕਾ ਇੰਤਜ਼ਾਮ ਨਹੀਂ ਹੈ ਮੈਂ ਬਿਲਕੁਲ ਦੇਸ਼ ਵਾਸੀਆਂ ਨੂੰ ਕਹਿਣਾ ਚਾਹੂੰਗਾ ਕਿ ਦੇਸ਼ ਵਿੱਚ ਸਰਕਾਰ ਕੀ ਇਨਸਾਨੀਅਤ ਮਰ ਚੁੱਕੀ ਹੈ ਜਾਗੀ ਆਪ ਲੋਕ ਮਰਨੇ ਕੇ ਲਈ ਆਏ ਹੈ ਜੋ ਮਰਜ਼ੀ ਹੋ ਹਮ ਯਹਾਂ ਸੇ ਨਹੀਂ ਲੇਗੇ ਜਬ ਤੱਕ ਇਨ ਲੋਕੋ ਦੀ ਸਮੱਸਿਆ ਹੱਲ ਨਹੀਂ ਹੋਗਾ ਇਹ ਬਿਲਕੁਲ ਗੁੰਡਾਗਰਦੀ ਨਹੀਂ ਚਲੇਗੀ ਪੰਚਾਇਤ ਆਪ ਐਸੇ ਲੋਕੋ ਕੋ ਮਾਰ ਮਾਰ ਕੇ ਲੜਵਾ ਪੰਚਾਇਤ ਮੇਂ ਕਰੇ ਹਮਾਰੀ ਕੀ ਮੁੱਦੇ ਉਠਾਣੇ ਥੇ ਮਾ ਪੰਚਾਇਤ ਮੇਂ ਕੀ ਬੈਠਕ ਥੀ ਕੀ ਟੌਪਿਕ ਹੈ ਹਮ ਕਰੇ ਹਮਾਰੀ ਮੁਲਾਕਾਤ ਕਰਵਾ ਦੀਜੀ ਯਹੀਂ ਆ ਕੇ ਤਾਂ ਪਤਾ ਲੱਗਦਾ ਉਨਕੇ ਕੀ ਮੁੱਦੇ ਹੈ ਹਮ ਤਾਂ ਕਹ ਰਹੇ ਹਾਂ ਉਨਕੋ ਬਿਠਾਈਏ ਪ੍ਰਸ਼ਾਸਨ ਕੋ ਬਿਠਾਈਏ ਸਰਕਾਰ ਕੋ ਬਿਠਾਈਏ ਬਾਤ ਤੋਂ ਕਰਵਾ ਦਿਓ ਇੱਕ ਵਾਰ ਹਲ ਤੋਂ ਨਿਕਲੇ ਪਤਾ ਤੋਂ ਲਗੇ ਉਹ ਬਾਤ ਤੱਕ ਨਹੀਂ ਕਰਵਾ ਰਹੇ ਹੈ ਅੰਦਰ ਜਾਣ ਨਹੀਂ ਦੇ ਰਹੇ ਆਪ ਦੇਖ ਰਹੇ ਹਮਾਰੀ ਫੁਰਜ਼ਾਤ ਲਗਾ ਦੀ ਹੈ ਇਹ ਕੋ ਬਿਲਕੁਲ ਠੀਕ ਆ ਨਹੀਂ ਬਿਲਕੁਲ ਇਨਸਾਨੀਅਤ ਕੀ ਗੱਲ ਤੋਂ ਪੁਨਰਵਾਸ ਦੀ ਮੰਗ ਕਰ ਰਹੇ ਹਰਿਆਣਾ ਸਰਕਾਰ ਤੇ ਇਹ ਆ ਕਿ ਕਿਉਂ ਜੋ ਹੈ ਇਸ ਤਰ੍ਹਾਂ ਕਿ ਲੰਬੇ ਸਮੇਂ ਸੇ ਬਸਾਈ ਗਈ ਮੈਂ ਹਮ ਬਿਲਕੁਲ ਕਹਿ ਰਹੇ ਹੈ ਕਿ ਜਹਾਂ 40 ਸਾਲ ਸੇ 50 ਸਾਲ ਸੇ ਲੋਕ ਰਹਿ ਰਹੇ ਹੈ 1 ਲੱਖ ਕੀ ਆਬਾਦੀ ਹੈ ਅਬ ਉਨਕੋ ਨਿਕਾਲ ਕੇ ਸੜਕ ਤੇ ਫੇਂਕ ਦੇ ਆਖਿਰ ਖੱਟਾ ਸਾਹਿਬ ਬਤਾ ਦੇ ਉਹ ਜਾਏ ਕਹਾਂ कोई बता दे कोई दुनिया का इंसान बता दे आखिर वो कहाँ जाए वो कहाँ जाके रहे हम ये कह रहे हैं अगर इस जगह की जरूरत है तो उनको पुनर्वास करवाइए कहीं और जिन लोगों ने यहाँ पे बसाए जो पहले अधिकारी थे क्यों उनके उनको पकड़ के जेल में डाला जाता ठोको सबको जेल में ये प्रथा रुकेगी आगे के लिए कौन करेगा देश में सुधार पहले लोगों ने तो पैसे ले लेकर रिश्वत ले लेकर बसा दिए अब वाले कहते हैं निकलो तो उन पहले पे कार्रवाई कौन करेगा ये तो भ्रष्टाचार चलता रहेगा देश के अंदर बात करने की कोशिश कर रहे हैं कि उनसे बात कराइए आपके लोगों से मिलने नहीं दिया जा रहा हम रिक्वेस्ट कर रहे हैं कि बात कराइए हम ये कह रहे हैं कि बाहर ही बुला दीजिए उनको।